ਅਸਲਾਮ ਵਾਲੇਕੁਮ, ਮੇਰੀ ਕਦਮ ਸਾਰੇ ਠੀਕ ਠਾਕ ਹੋ ਗਏ। ਤੁਸੀਂ ਦੇਖ ਲਓ ਮੇਰਾ ਚੈਨਲ ਅਦੀ ਵਲੋਗ 'ਤੇ ਹੈਗਾ। ਅੱਜ ਜਿਹੜਾ ਨਾ ਯਾਨੀ ਕਿ ਸੁਬਹਾ ਸੁਬਹਾ ਵੀ ਅੱਜ ਬਾਰਿਸ਼ ਹੋ ਗਈ ਹੈ ਅਤੇ ਕੱਲ੍ਹ ਵੀ ਦੀ ਵੀ ਬਾਰਿਸ਼ ਹੋ ਰਹੀ ਹੈ, ਅਤੇ ਗਾਇਜ਼ ਬਾਰਿਸ਼ ਜਿਹੜਾ ਨਾ ਹੁਣ ਯਾਨੀ ਕਿ ਨੁਕਸਾਨ ਦੇ ਹੈ। ਅਤੇ ਅੱਲਾ ਕਰੇ ਧੁੱਪ ਨਿਕਲਾਏ, ਅਤੇ ਆਹ ਹਲਕੀ ਹਲਕੀ ਯਾਨੀ ਕਿ ਨਾ ਧੁੱਪ ਨਿਕਲੀ ਹੋਈ ਹੈ। ਅਤੇ ਗਾਇਜ਼ ਜਿਹੜੀਆਂ ਕਣਕਾਂ ਨੇ ਨਾ ਹੁਣ ਯਾਨੀ ਕਿ ਤਿਆਰ ਨੇ, ਅਤੇ ਕਣਕਾਂ ਨੂੰ ਯਾਨੀ ਕਿ ਜਿਹੜੀ ਇਹ ਬਾਰਿਸ਼ ਨਾ ਬਹੁਤ ਜ਼ਿਆਦਾ ਨੁਕਸਾਨ ਦੇ ਹੈ। ਅਤੇ ਅਸੀਂ ਯਾਨੀ ਕਿ ਜਿਹੜਾ ਨਾ ਵਾਢੀ ਪਾਣੀ ਸੀ ਯਾਨੀ ਕਿ ਇੱਕ ਦੋ ਦਿਨ ਪਹਿਲਾਂ ਦੀ ਯਾਨੀ ਕਿ ਗੱਲ ਹੈ ਕਿ ਜਿਹੜੇ ਕਣਕ ਵੱਢਦੇ ਹੁੰਦੇ ਉਹਨਾਂ ਨਾਲ ਗੱਲਬਾਤ ਹੋਈ ਸੀ, ਅਤੇ ਉਹਨਾਂ ਨੇ ਯਾਨੀ ਕਿ ਵਾਢੀ ਕਰਨੀ ਸੀ, ਅਤੇ ਫਿਰ ਜਿਹੜਾ ਨਾ ਮੌਸਮ ਯਾਨੀ ਕਿ ਖਰਾਬ ਹੋ ਗਿਆ। ਅਤੇ ਕੱਲ੍ਹ ਦੀ ਯਾਨੀ ਕਿ ਸੁਬਹਾ ਦੀ, ਕੱਲ੍ਹ ਬਲਕਿ ਰਾਤ ਦੀ ਜਿਹੜਾ ਨਾ ਬਾਰਿਸ਼ ਹੋ ਰਹੀ ਹੈ, ਅਤੇ ਇੰਨੀ ਯਾਨੀ ਕਿ ਜਿਹੜਾ ਨਾ ਤੇਜ਼ ਨਹੀਂ ਹੈ, ਅੱਲਾ ਨਾ ਕਰੇ ਕਿ ਤੇਜ਼ ਹੋਏ, ਬਾਕੀ ਜਿਹੜਾ ਨਾ ਹਲਕੀ ਹਲਕੀ ਯਾਨੀ ਕਿ ਹੋਈ ਜਾ ਰਹੀ ਹੈ, ਕਦੀ ਰੁਕ ਜਾ ਰਹੀ, ਕਦੀ ਹੋ ਜਾਂਦੀ ਹੈ, ਇਹ ਹਿਸਾਬ ਹੈ। ਅਤੇ ਅੱਜ ਸੁਬਹਾ ਵੀ ਯਾਨੀ ਕਿ ਨਾ ਹਲਕੀ ਹਲਕੀ ਬਾਰਿਸ਼ ਹੋਈ ਹੈ, ਅਤੇ ਕਣਕਾਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਮੁਤਾਸਰ ਹੋਣੀਆਂ ਇਹਦੇ ਨਾਲ। ਅਤੇ ਹੋਰ ਅੱਗੇ ਚੱਲਣਾ ਮੈਂ ਤੁਹਾਨੂੰ ਦਿਖਾਉਣਾ ਜਿਹੜੀਆਂ ਯਾਨੀ ਕਿ ਕਣਕ ਸਾਡੀ ਹੈ। ਹੋਰ ਗਾਈ ਦਾ ਦੇਖੋ, ਆਹ ਕਣਕ ਹੈ ਨਾ, ਇਹਨਾਂ ਦੇ ਯਾਨੀ ਕਿ ਨਾ ਸਿੱਟੇ, ਆਹ ਦੇਖੋ ਨਿੱਕੇ ਨਿੱਕੇ ਸਿੱਟੇ ਹੈ, ਇਹ ਆਪਣੀ ਬੀਜ ਦਾ ਕੋਈ ਰੌਲਾ ਜਾਂ ਕੀ ਹੈ। ਅਤੇ ਮੈਂ ਅੱਗੇ ਚੱਲਣਾ ਆਪਣੀ ਕਣਕ ਦੇਖਦੇ ਹਾਂ। ਅਤੇ ਹੋਰ ਗਾਈ ਆਹ ਜਿਹੜਾ ਨਾ ਪੀਲੀ ਦਫ਼ਾ ਜਿਹੜੀ ਬਾਰਿਸ਼ ਆਈ ਸੀ ਨਾ, ਉਹਦੇ ਨਾਲ ਯਾਨੀ ਕਿ ਆ ਡਿੱਗੀ ਹੈ ਸਾਰੀ। ਅਤੇ ਕਣਕ ਜਿਹੜੀ ਨਾ ਹੁਣ ਮਾਸ਼ਾਅੱਲਾ ਤਿਆਰ ਹੈ, ਅਤੇ ਸਾਰੇ ਯਾਨੀ ਕਿ ਕਣਕ ਦਾ ਨਾ ਕੱਦ ਵੀ ਚੰਗਾ। ਅਤੇ ਇਹ ਬੀਜ ਜਿਹੜਾ ਹੈ ਨਾ, ਬੀਜ ਇਹ ਕੀ ਮੈਨੂੰ ਨਾਮ ਕਲਾਸੀ ਯਾਨੀ ਕਿ ਨਾਮ ਹੈ ਬੀਜ ਦਾ, ਉਹ ਬੀਜ ਸੀ, ਅਤੇ ਉਹਦੀ ਇਹ ਕਣਕ ਹੈ। ਅਤੇ ਮਾਸ਼ਾਅੱਲਾ ਜਿਹੜਾ ਨਾ ਕੱਦ ਵੀ ਇਹਦਾ ਚੰਗਾ ਹੈ, ਅਤੇ ਸਿੱਟਾ ਵੀ ਚੰਗਾ ਹੈ। ਅਤੇ ਬਾਕੀ ਅੱਲਾ ਖੈਰ ਕਰੇ, ਹੁਣ ਕਟਾਈ ਕਰਨੀ ਹੈ। ਅਤੇ ਹੋਰ ਗਾਈ ਦਾ ਦੇਖੋ, ਇੱਧਰ ਸਾਈਡ 'ਤੇ ਜਿਹੜਾ ਨਾ ਆਹ ਦੇਖੋ, ਆਹ ਸਿੱਟੇ ਜਿਹੜੇ ਕਾਲੇ ਹੋਏ ਨੇ ਨਾ, ਇਹਨਾਂ ਦੇ ਵਿੱਚ ਦਾਣਾ ਕੋਈ ਨਹੀਂ ਹੈਗਾ। ਅਤੇ ਇਹ ਜਿਹੜਾ ਨਾ ਯਾਨੀ ਕਿ ਆਪਣੀ ਕੀ ਬਿਮਾਰੀ ਵਗੈਰਾ ਕੋਈ ਹੈ, ਜਾਂ ਤੇਲਾ ਵਗੈਰਾ ਦੇ ਯਾਨੀ ਕਿ ਕੋਈ ਹੈ ਗੱਲਬਾਤ। ਆਹ ਦੇਖੋ, ਇਹਦੇ ਵਿੱਚ ਕੋਈ ਯਾਨੀ ਕਿ ਦਾਣਾ ਦੂਣਾ ਨਹੀਂ ਹੈਗਾ। ਅਤੇ ਹੋਰ ਗਾਈ ਇਹ ਜਿਹੜਾ ਨਾ ਕਣਕ ਵੀ ਯਾਨੀ ਕਿ ਕਾਫੀ ਗਿੱਲੀ ਹੋ ਗਈ ਬਾਰਿਸ਼ ਨਾਲ। ਅੱਗੇ ਜਿਹੜਾ ਸੀ ਨਾ ਫੁੱਲ ਯਾਨੀ ਕਿ ਇੰਝ ਸੁੱਕ ਗਈ ਸੀ, ਅਤੇ ਹੁਣ ਯਾਨੀ ਕਿ ਬਾਰਿਸ਼ ਪੈਣ ਨਾਲ ਜਿਹੜਾ ਨਾ ਉਹ ਕਾਫੀ ਯਾਨੀ ਕਿ ਗਿੱਲੀ ਹੋ ਗਈ ਹੈ। ਅਤੇ ਹੋਰ ਗਾਈ ਹੁਣ ਯਾਨੀ ਕਿ ਅੱਲਾ ਕਰੇ ਧੁੱਪਾਂ ਲੱਗਣ, ਅਤੇ ਫਿਰ ਯਾਨੀ ਕਿ ਇਹਨਾਂ ਦੀ ਕਟਾਈ ਸ਼ੁਰੂ ਕਰੀਏ। ਅਤੇ ਹੋਰ ਗਾਈ ਕਟਾਈ ਜਿਹੜੀ ਹੈ ਸ਼ਾਇਦ ਯਾਨੀ ਕਿ ਅਸੀਂ ਨਹੀਂ ਕਰਦੇ, ਬਾਕੀ ਜਿਹੜਾ ਨਾ ਕਰਾਵਾਂਗੇ। ਅਤੇ ਹਾਲੇ ਤੱਕ ਜਿਹੜਾ ਨਾ ਕੋਈ ਯਾਨੀ ਕਿ ਬੰਦੇ ਨੂੰ ਕਿਹਾ ਵੀ ਸੀ, ਪਰ ਉਹ ਆਏ ਨਹੀਂ ਅਜੇ। ਅਤੇ ਬਾਕੀ ਸ਼ਾਇਦ ਅਸੀਂ ਯਾਨੀ ਕਿ ਰੈਪਰ ਦੇ ਨਾਲ ਵੱਢ ਕੇ ਅਤੇ ਬਾਅਦ 'ਚ ਆਪ ਹੀ ਪੰਨਾ ਪਾ ਲਈਏ, ਅਤੇ ਐਂ ਦਾ ਕੋਈ ਹਿਸਾਬ ਲੱਗੇਗਾ। ਫਿਰ ਥਰੈਸ਼ਰ ਲੱਗੇਗੀ, ਫਿਰ ਯਾਨੀ ਕਿ ਤੁਹਾਨੂੰ ਦਿਖਾਵਾਂਗਾ। ਅਤੇ ਬਾਕੀ ਬਾਗ ਵਾਲੀ ਕਣਕ ਜਿਹੜੀ ਨਾ ਉਹ ਮਾਸ਼ਾਅੱਲਾ ਚੰਗੀ ਹੈਗੀ ਇਹਦੇ ਨਾਲੋਂ ਵੀ। ਅਤੇ ਆਹ ਦੇਖੋ ਇਹਦੇ ਸਿੱਟੇ ਵੀ ਮਾਸ਼ਾਅੱਲਾ, ਸਿੱਟੇ ਵੀ ਚੰਗੇ ਇਹਦੇ। ਅਤੇ ਹੋਰ ਗਾਈ ਤਾਂ ਇੱਧਰ ਜਿਹੜੀ ਆਹ ਲਾਈ ਨਾ ਕਣਕ, ਇਹਦੇ ਵਿੱਚ ਜਿਹੜੇ ਨਾ ਆ ਉੱਤੇ ਘੋਨੀ ਕਣਕ ਦੇ ਯਾਨੀ ਕਿ ਨਾ ਯਾਨੀ ਕਿ ਸਿੱਟੇ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ। ਆਹ ਬੀਜ ਜਿਹੜਾ ਸੀ ਨਾ ਇਹਦੇ ਵਿੱਚ ਥੋੜ੍ਹਾ ਜਿਹਾ ਮਿਕਸ ਕੀਤਾ, ਮਿਕਸ ਕਰਨ ਨਾਲ ਜਿਹੜਾ ਨਾ ਉਹ ਨਾੜ ਜਿਹੜਾ ਹੁੰਦਾ ਆ ਕੋਨੀ ਕਣਕ ਦਾ, ਇਹ ਯਾਨੀ ਕਿ ਚਗੇਰਾ ਵਗੈਰਾ ਬਣਾਉਣ ਦੇ ਕੰਮ ਆਉਂਦਾ। ਅਤੇ ਉਹ ਯਾਨੀ ਕਿ ਲਾਇਆ ਹੋਇਆ ਇਹਦੇ 'ਚ। ਆਹ ਦੇਖੋ ਇਹ ਵੱਖਰੀ ਵੱਖਰੀ ਯਾਨੀ ਕਿ ਉੱਤੇ ਜਿਹੜੇ ਸਿੱਟੇ ਨਜ਼ਰ ਆ ਰਹੇ ਨਾ, ਇਹ ਕੋਨੀ ਕਣਕ ਦੇ ਹੁੰਦੇ ਆ।